ਜੀ ਕਾ ਖਾਲਸਾ ਵੀਰ ਜੀ ਕੀ ਫਤਿਹ। ਹਾਂਜੀ ਗੁਰਮੁਖ ਪਿਆਰਿਓ, ਆਪਾਂ ਕਿਸੇ ਖੱਟ ਚੱਕਰ ਨੂੰ ਜਾਗਰਤ ਨਹੀਂ ਕਰਨਾ, ਆਪਾਂ ਨਾਮ ਦੀ ਪ੍ਰਾਪਤੀ ਕਰਨੀ। ਨਾਮ ਜਿਹੜਾ ਹੈ ਖੱਟ ਚੱਕਰਾਂ ਦੀ ਬਾਣੀ ਤੋਂ, ਇਹ ਮੂਲਾ ਧਰ ਦੇ ਬਾਣੀ ਤੋਂ ਉੱਪਰ ਹੈ। ਜਦੋਂ ਅਸੀਂ ਨਾਮ ਦੇ ਰਸਤੇ ਵਿੱਚ ਚੱਲਦੇ ਹਾਂ, ਸੁਰਤ ਰੂਪ ਹੋ ਕੇ ਜਦੋਂ ਅਸੀਂ ਇੱਕ ਪਾਂਧੀ ਬਣਦੇ ਹਾਂ, ਅਤੇ ਉਦੋਂ ਫਿਰ ਇਹ ਸਾਰੀ ਜਿਹੜੇ ਖੱਟ ਚੱਕਰਾਂ ਦੀ ਬਾਣੀ, ਤੱਤਾਂ ਦਾ ਪ੍ਰਕਾਸ਼, ਇਹ ਸਾਰਾ ਬ੍ਰਹਿਮੰਡ ਮਾਲਕ ਨੂੰ ਜਪਦਾ ਪਿਆ ਰਸਤੇ ਵਿੱਚ ਆਉਂਦੇ ਨੇ। ਸੋ ਆਪਾਂ ਜਦੋਂ ਗੁਰਮੰਤਰ ਨੂੰ ਫੋਕਸ ਕਰਕੇ ਚੱਲਾਂਗੇ, ਵਾਹਿਗੁਰੂ ਸ਼ਬਦ ਨੂੰ ਬੋਲ ਬੋਲ ਕੇ ਚੱਲਾਂਗੇ, ਸਾਡੀ ਸੁਰਤੀ ਨੂੰ ਵਿਚਾਰਾਂ ਤੋਂ ਰਹਿਤ ਕਰਾਂਗੇ, ਇਹ ਸਹਿ ਸਿਵਾਏ ਮੂਲਾ ਧਰ ਚੱਕਰ ਦੀ ਬਾਣੀ ਜਿਹੜੀ ਹੈ, ਜਾਂ ਅਨਹਦ ਬਾਣੀ ਦੇ ਹੋਰ ਵੀ ਰੂਪ ਨੇ ਜਿਹੜੇ ਸਾਡੇ ਮਨ ਦੀ ਖੁਰਾਕ ਹੈ, ਸਾਡੇ ਮਨ ਦੇ ਵਿੱਚ ਕੇਂਦਰਿਤ ਆ, ਉਹ ਆਟੋਮੈਟਿਕ ਹੀ ਸਾਡੇ ਇਹ ਜਿਹੜਾ ਚੱਲਣਾ ਸ਼ੁਰੂ ਹੋ ਜਾਂਦਾ। ਜਿਹੜਾ ਮਨ ਦੇ ਵਿੱਚ ਖਜ਼ਾਨਾ ਮਹਾਰਾਜ ਸੱਚੇ ਪਾਤਸ਼ਾਹ ਨੇ ਰੱਖਿਆ ਹੋਇਆ, ਆਟੋਮੈਟਿਕ ਚੱਲਣਾ ਸ਼ੁਰੂ ਹੋ ਜਾਂਦਾ, ਅਤੇ ਉਹ ਸਹਿ ਸੁਭਾਅ ਹੀ ਜਿਹੜੀ ਹੈ ਉਹ ਕਿਰਪਾ ਹੋਣ ਲੱਗ ਜਾਂਦੀ ਹੈ। ਅਤੇ ਇਹ ਤਾਂ ਜਿਵੇਂ ਜਿਵੇਂ ਤੁਸੀਂ ਮਨ ਨੂੰ ਇੱਕ ਚਿੱਤ ਕਰਦੇ ਜਾਓਗੇ, ਬਰਾਬਰ ਕਰਦੇ ਜਾਓਗੇ, ਉਸੇ ਤਰੀਕੇ ਹੀ ਜਿਹੜਾ ਅੰਦਰੋਂ ਤੁਹਾਡੇ ਖਜ਼ਾਨਾ ਪ੍ਰਗਟ ਹੁੰਦਾ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ।